ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਆਪਣਾ ਪੰਜਾਬ ਟੀ ਵੀ ਦੇਖਣ ਵਾਲਿਆਂ ਨੂੰ। ਅੱਜ ਅਸੀਂ ਗੱਲ ਕਰਾਂਗੇ ਦਿਲਜੀਤ ਦੀ ਨਵੀਂ ਮੂਵੀ, ਜਿਹਦਾ ਨਾਮ ਹੈ ਸੁਪਰ ਸਿੰਘ, ਜਿਹਦੇ ਵਿੱਚ ਉਹ ਇੱਕ ਸੁਪਰ ਹੀਰੋ ਦਾ ਰੋਲ ਪਲੇ ਕਰ ਰਹੇ ਨੇ ਅਤੇ ਉਹਨਾਂ ਦੇ ਨਾਲ ਹੈ ਸੋਨਮ ਬਾਜਵਾ। ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਅਨੁਰਾਗ ਸਿੰਘ ਨੇ, ਜਿਨ੍ਹਾਂ ਨੇ ਆਲਰੇਡੀ ਉਹਨਾਂ ਦੀਆਂ ਤਿੰਨ ਮੂਵੀਜ਼ ਡਾਇਰੈਕਟ ਕੀਤੀਆਂ ਨੇ, ਜਿਵੇਂ ਜੱਟ ਐਂਡ ਜੂਲੀਅਟ 1, ਜੱਟ ਐਂਡ ਜੂਲੀਅਟ 2 ਅਤੇ ਪੰਜਾਬ 1984। ਅੱਜ ਅਸੀਂ ਗੱਲ ਕਰਾਂਗੇ ਸੁਪਰ ਸਿੰਘ ਦੇ ਟ੍ਰੇਲਰ ਦੇ ਬ੍ਰੇਕਡਾਊਨ ਬਾਰੇ। ਲੱਗਦਾ ਕਿ ਇਸ ਮੂਵੀ ਦਾ ਫਸਟ ਹਾਫ ਜਿਹੜਾ ਹੈ ਉਹ ਮੋਂਟਰ ਵਿੱਚ ਸ਼ੂਟ ਹੋਇਆ ਹੈ ਅਤੇ ਦੂਜੀ ਦੁਕਾਨ ਉੱਥੇ ਸਟੂਡੈਂਟ ਨੇ। ਇਸ ਦਾ ਪਤਾ ਸਾਨੂੰ ਲੱਗਦਾ ਕਿ ਉਹਨਾਂ ਦੇ ਕੁਝ ਸੀਨਸ ਨੇ ਜਿਹੜੇ ਕਾਲਜ ਵਿੱਚ ਸ਼ੂਟ ਕੀਤੇ ਗਏ ਨੇ। ਅਤੇ ਇਸ ਮੂਵੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਲਵ ਟ੍ਰੈਂਗਲ ਚੱਲ ਰਿਹਾ, ਜਿਹਦੇ ਵਿੱਚ ਦਿਲਜੀਤ ਦੁਸਾਂਝ ਇੱਕ ਗੋਰੀ ਨੂੰ ਪਸੰਦ ਕਰਦਾ ਹੈ, ਬਟ ਸੋਨਮ ਬਾਜਵਾ ਦਿਲਜੀਤ ਦੁਸਾਂਝ ਨੂੰ ਪਸੰਦ ਕਰਦੇ ਨੇ। ਉਹ ਸਾਨੂੰ ਪਤਾ ਚੱਲਦਾ ਇੱਕ ਸੀਨ ਤੋਂ, ਜਦੋਂ ਦਿਲਜੀਤ ਦੁਸਾਂਝ ਇੱਕ ਰਿੰਗ ਦਿਖਾਉਂਦੇ ਨੇ ਜਿਹੜੀ ਕਿ ਉਹ ਗੋਰੀ ਵਾਸਤੇ ਮੇ ਬੀ ਲਿਆਏ ਹੋਣ, ਅਤੇ ਉਹ ਸੋਨਮ ਬਾਜਵਾ ਨੂੰ ਪਸੰਦ ਨਹੀਂ ਆਉਂਦਾ। ਸੋ ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਸੋਨਮ ਬਾਜਵਾ ਦਿਲਜੀਤ ਨੂੰ ਪਸੰਦ ਕਰਦੀ ਆ। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਸੈਕਿੰਡ ਹਾਫ ਬਾਰੇ, ਜਿਹੜਾ ਕਿ ਪੰਜਾਬ ਵਿੱਚ ਸ਼ੂਟ ਹੋਇਆ। ਉਹ ਸਾਨੂੰ ਪਤਾ ਚੱਲਦਾ ਹੈ ਇੱਕ ਸੀਨ ਤੋਂ, ਜਦੋਂ ਉਹ ਪੰਜਾਬ 'ਚ ਲੈਂਡ ਕਰਦੇ ਨੇ ਅਤੇ ਉਹਨਾਂ ਦੇ ਸਵਾਗਤ ਵਿੱਚ ਪੰਜਾਬ ਦੇ ਲੋਕ ਇਕੱਠੇ ਹੁੰਦੇ ਨੇ, ਉਹਨਾਂ ਲਈ ਗਾਣੇ ਗਾਏ ਜਾਂਦੇ ਅਤੇ ਬੱਚਿਆਂ ਨਾਲ ਫੋਟੋਆਂ ਖਿਚਾਉਂਦੇ ਆ। ਪਰ ਉਹ ਪੰਜਾਬ ਕਿਉਂ ਆਏ? ਹੋ ਸਕਦਾ ਹੈ ਉਹ ਸੋਨਮ ਬਾਜਵਾ ਲਈ ਆਏ, ਕਿਉਂਕਿ ਸਾਨੂੰ ਪਤਾ ਚੱਲਦਾ ਹੈ ਕਿ ਸੋਨਮ ਬਾਜਵਾ ਪੰਜਾਬ 'ਚ ਨੇ ਅਤੇ ਉਹਨਾਂ ਨੂੰ ਦਿਲਜੀਤ ਨੂੰ ਪਤਾ ਚੱਲਦਾ ਹੈ, ਮੇ ਬੀ ਉਹਨਾਂ ਨੂੰ ਰਿਲਾਈਜ਼ ਹੁੰਦਾ ਹੈ ਕਿ ਉਹ ਉਹਨੂੰ ਪਿਆਰ ਕਰਦੇ ਨੇ। ਜੇ ਤੁਸੀਂ ਕ੍ਰੈਡਿਟਸ ਵਿੱਚ ਵੇਖੋਗੇ ਤਾਂ ਉਹਨਾਂ ਵਿੱਚ ਪਵਨ ਮਲਹੋਤਰਾ ਅਤੇ ਰਾਣਾ ਰਣਵੀਰ ਦਾ ਵੀ ਨਾਮ ਹੈ। ਅਤੇ ਮੈਨੂੰ ਲੱਗਦਾ ਹੈ ਕਿ ਪਵਨ ਮਲਹੋਤਰਾ ਇਸ ਫਿਲਮ ਦੇ ਵਿੱਚ ਵਿਲਨ ਦਾ ਰੋਲ ਪਲੇ ਕਰਨਗੇ ਅਤੇ ਰਾਣਾ ਰਣਵੀਰ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਮੇਡੀਅਨ ਨੇ, ਬਹੁਤ ਵਧੀਆ ਕਮੇਡੀ ਕਰਦੇ, ਅਤੇ ਹੋ ਸਕਦਾ ਉਹ ਐਜ਼ ਅ ਕਮੇਡੀਅਨ ਵਿੱਚ ਫਿਲਮ ਦੇ ਨਜ਼ਰ ਆਉਣ। ਇਹ ਸੀ ਸਾਡੀ ਪ੍ਰੈਡਿਕਸ਼ਨ। ਹੁਣ ਦੇਖਦੇ ਹਾਂ ਕਿ ਮੂਵੀ ਦੇ ਵਿੱਚ ਹੈ ਕੀ ਆ, ਜੋ ਕਿ ਤੁਹਾਨੂੰ ਪਤਾ ਚੱਲੇਗਾ ਜਦੋਂ ਮੂਵੀ ਰਿਲੀਜ਼ ਹੋਏਗੀ। ਮੈਂ ਤਾਂ ਬਈ ਬਹੁਤ ਐਕਸਾਈਟਡ ਹਾਂ, ਤੁਸੀਂ ਵੀ ਦੇਖਿਓ ਮੂਵੀ।